ਵਾਹ ਭਾਈ ਵਾਹ, ਮਾਸ਼ਾਅੱਲਾ, ਬੜੀ ਅੱਗ ਬਲੀ ਏ ਬਈ। ਬੰਬੂਕਾ ਹੀ ਤੇਰੀ ਨਿਕਲ ਗਿਆ। ਹੁਣ ਮਗਤ ਨਹੀਂ ਆ, ਟਮਾਟਰ ਸਾਰੀਆਂ ਮਿਰਚਾਂ ਤੇ ਪਿਆਜ਼ ਜਿਹੜੇ ਅਸੀਂ ਕੱਟ ਕੇ ਪਹਿਲਾਂ ਰੱਖ ਲਿਆ, ਲਸਣ ਮੈਂ ਕੁਛ ਕੁੱਟ ਕੇ ਬੋੜ ਦੱਸਾਂਗੇ। ਆ ਚੁੱਲ੍ਹਾ ਮੈਨੂੰ ਬਹੁਤ ਪਸੰਦ ਹੈ, ਉਹ ਤਾਂ ਮੈਂ ਬੜੇ ਚੁੱਲ੍ਹੇ ਬਣਾਏ ਨੇ, ਪੂਰੇ ਯੂਟਿਊਬ 'ਤੇ ਮੈਂ ਚੁੱਲ੍ਹੇ ਬਣਾ ਕੇ ਚੜ੍ਹਨੇ, ਜਿਹੜਾ ਦੋਸਤ ਵੇਹਦੇ ਨੂੰ ਆਉਂਦੇ ਨੇ, ਇਤਨੇ ਚੁੱਲ੍ਹੇ ਤੁਸੀਂ ਬਣਾ ਕੇ ਚੜ੍ਹਨੇ ਆ। ਇਹ ਚੁੱਲ੍ਹਾ ਜ਼ਿਆਦਾ ਸਾਨੂੰ ਪਸੰਦ ਆਉਂਦਾ, ਇਹਦੇ 'ਚ ਅੱਗ ਠੀਕ ਬਲਦੀ, ਗਰੇੜ ਵੀ ਲਾ ਲਵਿੰਦੇ ਨੇ, ਅਤੇ ਛੋਡੇ ਹੋਏ ਉਹ ਲਾ ਲਏ, ਚੂਹਾ ਬਾਲਣ ਲਾ ਲਿਆ, ਬੜਾ ਸੋਹਣਾ ਗੈਸ ਤਰ੍ਹਾਂ ਬਲਦਾ ਮਾਸ਼ਾਅੱਲਾ। ਆਲੂ ਵੀ ਮੈਂ ਕੱਟ ਕੇ ਰੱਖੇ ਹੋਏ ਆ, ਮੈਂ ਕਹਿੰਦੀ ਹੁਣ ਇੱਕ ਬੁਣਾਈ ਹੋ ਗਈ, ਹੁਣ ਗਤਨੀ ਆਲੂ ਵੇ। ਆਲੂ ਅਰਬੀ ਬੜੀ ਮਜ਼ੇਦਾਰ ਬਣਦੀ ਹੈ, ਅਤੇ ਬਾਹਰ ਵੀ ਬਹੁਤ ਪਸੰਦ ਕਰਦੇ ਨੇ ਆਲੂ ਅਰਬੀ ਨੂੰ। ਅੱਗੇ ਆਲੂ ਮਟਰ ਜ਼ਿਆਦਾ ਖਾਂਦੇ ਆ, ਅਤੇ ਹੁਣ ਆਉਂਦੇ ਨੇ ਆਲੂ ਅਰਬੀ ਖਾ ਸਾਨੂੰ ਪਕਾ ਕੇ ਦਿੱਤੀ ਕਰ। ਮਾਸ਼ਾਅੱਲਾ ਟੇਸਟ ਬਹੁਤ ਬਣਦੀ, ਛਿਲ ਕੇ ਰੱਖਿਆ ਹੋਇਆ, ਅਤੇ ਹੁਣ ਮੈਂ ਕੁੱਟ ਚੁੱਕ ਚੁੱਕ ਤਿੰਨਾਂ ਨਾਲ ਪਹਿਲਾਂ ਕਿ ਤੀਵੇ 'ਤੇ ਦਾ ਕੁਛ ਬਹੁਤ ਸੜ ਜਾਂਦੇ, ਅਸੀਂ ਇੱਕ ਬਾਅਦ ਕੁੱਟ ਕੇ ਮੈਂ ਗਾਤ ਲਈ ਸਕੋ ਨਾਲ ਚੁੱਲ੍ਹਾ। ਤਾਂ ਮੇਰੀ ਸਲਾਹ ਬਣੀ ਖਲੀ ਮੇਜ਼ ਬਣਾਵਣ ਕਾਰਨ ਮੈਂ ਨਾਲ ਮੈਨੂੰ ਮੰਜੀ ਕੱਤਣੀ ਪਾਉਂਦੀ ਹੈ, ਮੇਰੀ ਸਲਾਹ ਆਉਣ ਮੈਂ ਨਾਲ ਮੇਜ਼ ਬਣਾਈ। ਮਸਾਲੇ ਮੈਂ ਸਾਰੇ ਥਾਲੀ ਦੇ ਵਿੱਚ ਇਕੱਠੇ ਕਰਕੇ ਗਾਤ ਲਵਿੰਦੇ ਨੇ, ਅਤੇ ਹੁਣ ਮੈਂ ਵੇਚ ਗੱਤਣ ਲੱਗੀ ਹਾਂ, ਤੁਹਾਨੂੰ ਵਿਖਾ ਲੈਣ ਦੋਸਤਾਂ ਨੂੰ, ਇਹਨੂੰ ਜ਼ਰੂਰ ਲਾਇਕ ਹੀ ਕਰਿਆ ਹੈ ਔਰ ਸ਼ੇਅਰ ਵੀ ਕਰਿਆ, ਸਾਡੀ ਵੀਡੀਓ ਅੱਛੀ ਲੱਗੇ ਤਾਂ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਮੇਰੀਆਂ ਭੈਣਾਂ ਨੂੰ ਔਰ ਬਾਈਆਂ ਨੂੰ, ਦੇਰ ਦੇਰ ਸਾਡੇ ਤਰਫੋਂ ਸਲਾਮ ਹੋਵੇ। ਸ਼ਾਲਾ ਹੱਸਦੇ ਰਹੋ, ਸ਼ਾਲਾ ਵੱਸਦੇ ਰਹੋ, ਫੁੱਲਾਂ ਤਰ੍ਹਾਂ ਖਿਲਦੇ ਰਹੋ, ਖੁਸ਼ਬੋ ਤਰ੍ਹਾਂ ਮਹਿਕਦੇ ਰਹੋ, ਜਾਮੀ ਰਹੋ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਇਸ ਨੇਕ ਦੁਆ ਦੇ ਨਾਲ ਅੱਜ ਦੀ ਵਲੋਗ ਸ਼ੁਰੂ ਕਰਨੇ ਆ, ਦੋਸਤਾਂ ਨੂੰ ਵਿਖਾਉਂਦੇ ਹਾਂ ਵੀ ਕਿਹੜੀ ਚੀਜ਼ ਦਾ ਵਲੋਗ ਹੈ ਅੱਜ, ਅਰਬੀ ਅਤੇ ਆਲੂ ਪਕਾਉਣ ਲੱਗਿਆ ਤੁਹਾਨੂੰ ਵਿਖਾਉਂਦੇ ਹਾਂ ਵੀ ਕਿਸ ਤਰੀਕੇ ਨਾਲ ਪਕਾਉਣਾ ਚਾਹੀਦਾ। ਅਤੇ ਇਹ ਅੱਜ ਦੀ ਸਾਡੀ ਵੀਡੀਓ ਅੱਛੀ ਲੱਗੇ ਤੈਨੂੰ ਲਾਇਕ ਹੀ ਕੀਤਾ ਕਰੋ ਔਰ ਸ਼ੇਅਰ ਵੀ ਦੋਸਤਾਂ ਤੱਕ ਜ਼ਰੂਰ ਕੀਤਾ ਕਰੋ। ਕਮੈਂਟ 'ਚ ਵੀ ਸਾਨੂੰ ਦੱਸਿਆ ਕਰੋ ਵੀ ਵੀਡੀਓ ਸਾਡੀ ਅੱਛੀ ਬਣੀ ਹੈ, ਅੱਗਾਂ ਵੀ ਦੋਸਤਾਂ ਤੋੜੀ ਜ਼ਰੂਰ ਸ਼ੇਅਰ ਕੀਤਾ ਕਰੋ। ਵਾਹ ਭਾਈ ਵਾਹ, ਮਾਸ਼ਾਅੱਲਾ, ਬੜੀ ਅੱਗ ਬਲੀ ਏ ਬਈ, ਕਿਆ ਬਾਤ ਹੈ। ਬੰਬੂਕਾ ਹੀ ਤੇਰੀ ਨਿਕਲ ਗਿਆ। ਮਾਸ਼ਾਅੱਲਾ ਸੀ ਰੱਖਣ ਲੱਗਿਆ ਤੇ ਆਂਦੀ ਸ਼ਾਮ ਦੀ ਰੇਸਪੀ ਤਿਆਰ ਕਰਨ ਲੱਗਿਆ, ਦੋਸਤਾਂ ਨੂੰ ਵਿਖਾਉਣਾ ਵੀ ਕਿਸ ਤਰੀਕੇ ਨਾਲ ਸੀ ਅੱਜ। ਚੁੱਲ੍ਹਾ ਮਾਸ਼ਾਅੱਲਾ ਅੱਗੇ ਵਾਹਵਾ ਦਿਨਾਂ ਦਾ ਬਣਾਇਆ ਸੀਗਾ, ਕਿ ਵੀ ਇਸੇ 'ਤੇ ਰੇਸਪੀ ਹੁਣ ਤਿਆਰ ਕਰਨੀ ਚਾਹੀਦੀ। ਇਹਦੇ 'ਚ ਅੱਗ ਮਾਸ਼ਾਅੱਲਾ ਬਹੁਤ ਸੋਹਣੀ ਬਲਦੀ, ਅਸੀਂ ਕਿਹਾ ਵੀ ਉਸ 'ਤੇ ਕੰਮ ਜਲਦੀ ਹੋ ਜਾਂਦਾ, ਇਹਦੇ ਵਿੱਚ ਗਰੇਲ ਵੀ ਬੰਦਾ ਬਾਲ ਸਕਦਾ ਵਾ ਅਤੇ ਦੂਸਰਾ ਬਾਲਣ ਹੀ ਬਾਲ ਸਕਦਾ। ਹੁਣ ਦੋ ਚਮਚੇ ਗਤਨੇ ਅੱਗੇ ਉਹਦੇ ਵਿੱਚ ਇਹਦੇ ਜੋ ਮਾੜਾ ਜਿਹਾ ਜਿਹਾ ਸੀ ਗਰਮ, ਅਤੇ ਹੋਰ ਕਿਸਾ ਹੈ ਅਰਬੀ ਪਹਿਲਾਂ ਚੰਗੀ ਤਰ੍ਹਾਂ ਤਾਲ ਲਿਖਿਆ, ਤਾਂ ਸਾਡਾ ਗਰਮ ਹੋ ਗਿਆ ਅਤੇ ਹੁਣ ਅਸੀਂ ਗਤਨੇ ਅਰਬੀ ਵਿੱਚ, ਪਹਿਲਾਂ ਅਸੀਂ ਦੋ ਕੇ ਰੱਖੀ ਹੋਈ ਆ ਕੱਟ ਕੇ, ਹੁਣ ਅਸੀਂ ਕੁਛ ਪਾਣੀ ਰੱਖ ਦਿੱਤੀ ਘਿਓ ਪਾ, ਹੁਣ ਚੰਗੀ ਤਰ੍ਹਾਂ ਬੁਣਾਈ ਉਸ ਦੀ ਲਾਲ ਹੋ ਜਾਵੇ ਅਤੇ ਹੁਣ ਅਸੀਂ ਦੂਸਰਾ ਚੀਜ਼ਾਂ ਦਿਖਾਵਾਂਗੇ। ਬੜੀ ਮੱਖੀ ਹੈਗੀ ਸਾਰੇ ਦਿਨ, ਬਰਤਨ ਵੀ ਧੋ ਧੋ ਕੇ ਮੱਖੀ ਉੱਤੇ ਬਣਦੀ ਹੈ ਨਾ ਤਾਂ ਨਹੀਂ ਚੰਗੇ ਲੱਗਦੇ, ਉੱਤੋਂ ਕੱਪੜਾ ਵੀ ਦੇ ਕੇ ਰੱਖੀਂਦਾ, ਬਹੁ ਮੱਖੀ ਸਾਡੇ ਕੋਲ ਤਾਂ ਪਤਾ ਨਹੀਂ ਮਾਲ ਡੰਗਰ ਕਰਕੇ
ਤੇ ਪਤਾ ਦੁੱਧ ਵਾਲਾ ਘਰ ਤਾਂ ਹੀ ਕਰਕੇ ਕਹਿੰਦਾ ਤੇ ਵੀ ਆ ਜਾ ਸਨਮੱਖੀ ਬਹੁ ਆਉਂਦੀ ਹੈ ਸਾਡੇ ਕੋਲ ਤਾਂ ਬਹੁ ਤੰਗ ਕਰਦੀ ਪਤਾ ਨਹੀਂ ਹੋਰ ਕਿਸੇ ਕੋਲ ਹੀ ਬਹਿਣਾ ਵਿਆਹਾਂ ਕੋਲ ਵੀ ਮੱਖੀ ਆਈ ਪਤਾ ਨਹੀਂ ਸਾਡੇ ਕੋਲ ਹੀ ਬਹੁ ਆਏਗੇ ਦੇ ਵੀ ਲਾਹਣ ਤੇ ਆ ਗਿਆ ਬਾਲ ਚੋ ਦੇ ਨਾ ਪੱਠੇ ਪੁੱਠੇ ਪੁਕੇਰ ਕੇ ਗੱਤੀ ਖੜੇ ਤੇ ਉਹਨਾਂ ਨੂੰ ਕੋਸ਼ਿਸ਼ ਕੀਤੀ ਵੀ ਕੋ ਤਾਰਾਂ ਕੱਢੀਆਂ ਕਰੋ ਨਾਲ ਅੱਗੇ ਮੈਂ ਇਕੱਲੀ ਜਣੀ ਨਾਲ ਕੱਢਦੀ ਆ ਸੁਤਾਰਾਂ ਉਹ ਨਾਲ ਮਿਲਾਈਂਦੇ ਆ ਹੁਣ ਮੈਂ ਉਹਨਾਂ ਨੂੰ ਹਿਲਾਇਆ ਵੀ ਕੋ ਤਾਰਾਂ ਕੱਢੋ ਤੇ ਮੈਂ ਕੋਲ ਸਾਲਣ ਬਣਾ ਲਵਾਂ ਅਰਬੀ ਦਾ ਅਰਬੀ ਵੀ ਅਜੇ ਲਾਲ ਨਹੀਂ ਪੀਉਂਦੇ ਆਗ ਤਾਂ ਬਹੁ ਮਚਾਈ ਖੜੀ ਆਏ ਹੁਣ ਚੰਗੀ ਤਰ੍ਹਾਂ ਦੀ ਬੁਣਾਈ ਹੋ ਗਈ ਹੈ ਅਰਬੀ ਦੀ ਹੁਣ ਲੇਸ ਖਤਮ ਹੋ ਗਈ ਹੁਣ ਮੈਂ ਗਤਨੀ ਆ ਟਮਾਟਰ ਸਾਰੀਆਂ ਮਿਰਚਾਂ ਤੇ ਪਿਆਜ਼ ਜਿਹੜੇ ਅਸੀਂ ਕੱਟ ਕੇ ਪਹਿਲਾਂ ਰੱਖ ਲਿਆ ਲਸਣ ਮੈਂ ਕੁਛ ਕੁੱਟ ਕੇ ਬੋੜ ਬਸਾਂਗੇ ਆਹ ਚੁੱਲ੍ਹਾ ਮੈਨੂੰ ਬਹੁ ਪਸੰਦ ਹੈ ਉਂਝ ਤਾਂ ਮੈਂ ਬੜੇ ਚੁੱਲ੍ਹੇ ਬਣਾਏ ਨੇ ਪੂਰੇ ਯੂਟਿਊਬ 'ਤੇ ਮੈਂ ਇਤਨੇ ਮੈਂ ਚੁੱਲ੍ਹੇ ਬਣਾ ਕੇ ਜਾਣਾ ਜਿਹੜਾ ਦੋਸਤ ਵੇਹਦੇ ਨੂੰ ਆਉਂਦੇ ਨੇ ਇਤਨੇ ਚੁੱਲ੍ਹੇ ਤੁਸੀਂ ਬਣਾ ਕੇ ਚੜ੍ਹਨੇ ਆ ਇਹ ਚੁੱਲ੍ਹਾ ਜ਼ਿਆਦਾ ਸਾਨੂੰ ਪਸੰਦ ਆਉਂਦਾ ਇਹਦੇ 'ਚ ਅੱਗ ਠੀਕ ਬਲਦੀ ਗਰੇੜ ਵੀ ਲਾ ਲਵਿੰਦੇ ਨੇ ਅਤੇ ਛੋਡੇ ਹੋਏ ਉਹ ਲਾ ਲਏ ਚੂਹਾ ਬਾਲਣ ਲਾ ਲਿਆ ਬੜਾ ਸੋਹਣਾ ਗੈਸ ਤਰ੍ਹਾਂ ਬਲਦਾ ਮਾਸ਼ਾਅੱਲਾ ਆਲੂ ਵੀ ਮੈਂ ਕੱਟ ਕੇ ਰੱਖੇ ਹੋਏ ਆ ਮੈਂ ਕਹਿੰਦੀ ਹੁਣ ਇੱਕ ਬੁਣਾਈ ਹੋ ਗਈ ਹੁਣ ਗਤਨੀ ਆਲੂ ਵੇ ਆਲੂ ਅਰਬੀ ਬੜੀ ਮਜ਼ੇਦਾਰ ਬਣਦੀ ਹੈ ਅਤੇ ਬਾਲ ਵੀ ਬਹੁਤ ਪਸੰਦ ਕਰਦੇ ਨੇ ਆਲੂ ਅਰਬੀ ਨੂੰ ਅੱਗੇ ਆਲੂ ਮਟਰ ਜ਼ਿਆਦਾ ਖਾਂਦੇ ਆ ਅਤੇ ਹੁਣ ਆਉਂਦੇ ਨੇ ਆਲੂ ਅਰਬੀ ਖਾ ਸਾਨੂੰ ਪਕਾ ਕੇ ਦਿੱਤੀ ਕਰ ਮਾਸ਼ਾਅੱਲਾ ਟੇਸਟ ਬਹੁ ਬਣਦੀ ਛਿਲ ਕੇ ਰੱਖਿਆ ਆ ਅਤੇ ਹੁਣ ਮੈਂ ਕੁੱਟ ਚੁੱਕ ਤਿੰਦਾ ਨਾ ਪਹਿਲਾਂ ਕਿ ਤੀਵੇ 'ਤੇ ਤਾਂ ਕੁਛ ਬਹੁਤ ਸੜ ਜਾਂਦੇ ਅਸੀਂ ਇੱਕ ਬਾਅਦ ਕੁੱਟ ਕੇ ਮੈਂ ਗਾਤ ਲਈ ਸਕੋ ਨਾਲ ਚੁੱਲ੍ਹਾ ਤਾਂ ਮੇਰੀ ਸਲਾਹ ਬਣੀ ਖੜੀ ਮੇਜ਼ ਬਣਾਵਣ ਕਾਰਨ ਮੈਂ ਨਾਲ ਮੈਨੂੰ ਮੰਜੀ ਕੱਤਣੀ ਪਾਉਂਦੀ ਹੈ ਮੇਰੀ ਸਲਾਹ ਹੁਣ ਮੈਂ ਨਾਲ ਮੇਜ਼ ਬਣਾਈ ਅਤੇ ਇੱਥੇ ਨਾਲ ਬਣਾਈ ਸਾ ਨਾ ਮੇਜ਼ ਉਹਦੇ ਉੱਤੇ ਬੰਦਾ ਚੀਜ਼ਾਂ ਜਿਹੜੀਆਂ ਰੱਖ ਲੈਂਦਾ ਮੰਜੀ ਨਾਲ ਗਤਨੀ ਪਾਉ ਸੀਗੀ ਉਹ ਨਾਲ ਮੰਜੀ ਗਤਨੀ ਪਾਉਂਦੀ ਮੈਨੂੰ ਖਲੋਕ ਜਿਹੀ ਚੀਜ਼ ਬਣਾਉਣੀ ਹੁੰਦੀ ਅਤੇ ਲਸਣ ਮੈਂ ਕੁੱਟ ਲਿਆ ਬਰੀਕ ਕਰ ਲਿਆ ਤਾਂ ਹੁਣ ਮੈਂ ਇਹਨੂੰ ਗਤਨੀ ਆ ਬਣਾਈ ਹੋ ਗਈ ਲਸਣ ਮੈਂ ਪਾ ਦਿੱਤੀ ਕਹਿੰਦੀ ਹੁਣ ਮਾਸ਼ਾਅੱਲਾ ਖੁਸ਼ਬੂ ਬੜੀ ਸੋਹਣੀ ਲੱਗਦੀ ਪਹਿਲਾਂ ਗਾਤ ਲਈਏ ਤਾਂ ਖੁਸ਼ਬੂ ਸੜ ਜਾਂਦੀ ਮਸਾਲੇ ਮੈਂ ਸਾਰੇ ਥਾਲੀ ਦੇ ਵਿੱਚ ਇਕੱਠੇ ਕਰਕੇ ਗਾਤ ਲਵਿੰਦੇ ਨੇ ਅਤੇ ਹੁਣ ਮੈਂ ਵੇਚ ਗੱਤਣ ਲੱਗੀ ਹਾਂ ਤੁਹਾਨੂੰ ਵੀ ਖਾ ਲੈਣ ਦੋਸਤਾਂ ਨੂੰ ਤੈਨੂੰ ਜ਼ਰੂਰ ਲੈ ਕੇ ਕਰਿਆ ਔਰ ਸ਼ੇਅਰ ਵੀ ਕਰਿਆ ਸਾਡੀ ਵੀਡੀਓ ਅੱਛੀ ਲੱਗੇ ਤਾਂ ਲੱਗੋ ਹੈ ਮੈਂ ਇੱਕ ਵਾਰ ਚੁੱਲ੍ਹਾ ਭਰਿਆ ਚਾਹ ਜਾਂਦੇ ਨਾਲ ਮਾਸ਼ਾਅੱਲਾ ਸਾਲੋਂ ਤਿਆਰ ਹੋ ਜਾਣਾ ਅਤੇ ਲੱਕੜੀ ਲੈਂਦਿਆਂ ਵੀ ਜੱਟ ਲੱਗ ਜਾਂਦਾ ਕਦੀ ਬੁੱਝ ਜਾਂਦੀਆਂ ਇਹ ਮਾਸ਼ਾਅੱਲਾ ਬੜਾ ਸੋਹਣਾ ਬਲਦਾ ਹਵਾ ਵੀ ਗਿੱਲੀ ਹੋਈ ਹੋਵੇ ਨਾ ਇਹ ਗੋਹੇ ਸਹੀ ਬਲਦੇ ਰਹਿੰਦੇ ਨੇ ਹੁਣ ਚੰਗੀ ਤਰ੍ਹਾਂ ਹਿਲਾ ਕੇ ਥੋਣ ਦੇਣੀ ਇਹਦੇ 'ਤੇ ਡੱਕਣਾ ਪਸੀਨੇ ਥੋੜ੍ਹਾ ਜਿਹਾ ਲਾਸੀ ਅਤੇ ਬੁਣਾਈ ਵੀ ਸਹੀ ਜਾਂਦਾ ਜ਼ਾਇਕਾ ਠੀਕ ਹੋ ਜਾ ਸੀਗਾ ਮਾਸ਼ਾਅੱਲਾ ਲੈ ਮਾਸ਼ਾਅੱਲਾ ਸਾਲਣ ਹੋ ਗਿਆ ਸਾਡਾ ਤਿਆਰ ਬੁਣਾਈ ਅਸੀਂ ਮਾਸ਼ਾਅੱਲਾ ਮੁਕੰਮਲ ਕਰ ਲਈਏ ਹੁਣ ਅਸੀਂ ਇਹਨੂੰ ਲੈਂਦੇ ਹਾਂ ਅਤੇ ਤਾਰਾਂ ਸਾਡੀਆਂ ਦਾ ਟਾਈਮ ਜ਼ਿਆਦਾ ਹੋ ਗਿਆ ਅਤੇ ਬਾਲ ਕੋਈ ਕੱਢਦੇ ਪੈਣ ਦੇ ਨਾਲ ਚੱਲ ਕੇ ਤਾਰਾਂ ਕੱਢੈਨੀ ਆ ਤੁਹਾਨੂੰ ਜਿਹੜੀ ਵੀਡੀਓ ਸਾਡੀ ਅੱਜ ਬਣਾਈ ਹੈ ਇਹਨੂੰ ਅੱਛੀ ਤਰ੍ਹਾਂ ਜ਼ਰੂਰ ਵੇਖਣਾ ਤੁਸੀਂ ਅਤੇ ਲਾਇਕ ਵੀ ਕਰਨਾ ਔਰ ਸ਼ੇਅਰ ਵੀ ਜ਼ਰੂਰ ਕਰਨਾ